ਪੰਜਾਬੀ ਗਾਇਕ ਅਕਸਰ ਆਪਣੇ ਨਾਲ ਜੁੜੀਆਂ ਜਾਣਕਾਰੀਆਂ ਨੂੰ ਸੋਸ਼ਲ ਮੀਡੀਆ ਤੇ ਫੈਨਸ ਦੇ ਨਾਲ ਜ਼ਰੂਰ ਸਾਂਝਾ ਕਰਦੇ ਆ, ਲੇਕਿਨ ਕਈ ਵਾਰ ਜਦੋਂ ਉਹ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਆ ਤੇ ਅਜਿਹਾ ਕੁਝ ਫੈਨਸ ਨਾਲ ਸ਼ੇਅਰ ਕਰਦੇ ਤੇ ਫੈਨਸ ਵੀ ਇਸ ਚੀਜ਼ ਨੂੰ ਬਹੁਤ ਪਸੰਦ ਕਰਦੇ ਆ। ਰੀਸੈਂਟਲੀ ਬਾਂਕੇ ਬਿਹਾਰੀ ਲਾਲ ਦੀ ਚੌਕਟ ਤੇ ਬੀ ਪ੍ਰਾਕ ਨੇ ਜਦੋਂ ਇਤਰ ਲਗਾਇਆ ਤੇ ਇਸਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਤੇ ਬਸ ਫਿਰ ਹਰ ਪਾਸੇ ਇਸੇ ਗੱਲ ਦੀ ਚਰਚਾ ਹੋਣ ਲੱਗ ਗਈ। ਬੀ ਪ੍ਰਾਕ ਨੇ ਇਸ ਖੂਬਸੂਰਤ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਕੀਤਾ ਤੇ ਸਾਂਝਾ ਕਰਦੇ ਹੋਏ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ, ਅੱਜ ਜੋ ਮਹਿਸੂਸ ਕਰ ਰਿਹਾ ਹਾਂ ਉਹ ਕਦੀ ਵੀ ਨਹੀਂ ਕੀਤਾ। ਸ਼੍ਰੀ ਬਾਂਕੇ ਬਿਹਾਰੀ ਲਾਲ ਦੀ ਚੌਕਟ ਤੇ ਇਤਰ ਲਗਾਉਣ ਦਾ ਮੌਕਾ ਅੱਜ ਮਿਲਿਆ, ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ। ਜ਼ਿੰਦਗੀ ਦੇ ਵਿੱਚ ਭਗਵਾਨ ਦੇ ਨਾਲ ਬਸ ਭਗਵਾਨ ਦੇ ਕੋਲ ਬੈਠ ਕੇ ਭਗਵਾਨ ਨੂੰ ਮੰਗ ਲਵਾਂ ਤੇ ਉਹ ਆਪਣੇ ਕੋਲ ਬਿਠਾ ਕੇ ਸਾਰਾ ਕੁਝ ਆਪ ਹੀ ਕਰਵਾਉਂਦੇ ਆ। ਹੈਸ਼ਟੈਗ ਜੈ ਸ਼੍ਰੀ ਕ੍ਰਿਸ਼ਨਾ। ਇਸ ਖੂਬਸੂਰਤ ਵੀਡੀਓ ਨੂੰ ਬੀ ਪ੍ਰਾਕ ਦੇ ਵੱਲੋਂ ਹੀ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕੀਤਾ ਗਿਆ। ਪੰਜਾਬੀ ਗਾਇਕ ਅਕਸਰ ਆਪਣੇ ਨਾਲ ਜੁੜੀਆਂ ਜਾਣਕਾਰੀਆਂ ਨੂੰ ਸੋਸ਼ਲ ਮੀਡੀਆ ਤੇ ਫੈਨਸ ਦੇ ਨਾਲ ਜ਼ਰੂਰ ਸਾਂਝਾ ਕਰਦੇ ਆ, ਲੇਕਿਨ ਕਈ ਵਾਰ ਜਦੋਂ ਉਹ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਆ ਤੇ ਅਜਿਹਾ ਕੁਝ ਫੈਨਸ ਨਾਲ ਸ਼ੇਅਰ ਕਰਦੇ ਤੇ ਫੈਨਸ ਵੀ ਇਸ ਚੀਜ਼ ਨੂੰ ਬਹੁਤ ਪਸੰਦ ਕਰਦੇ ਆ। ਰੀਸੈਂਟਲੀ ਬਾਂਕੇ ਬਿਹਾਰੀ ਲਾਲ ਦੀ ਚੌਕਟ ਤੇ ਬੀ ਪ੍ਰਾਕ ਨੇ ਜਦੋਂ ਇਤਰ ਲਗਾਇਆ ਤੇ ਇਸਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਤੇ ਬਸ ਫਿਰ ਹਰ ਪਾਸੇ ਇਸੇ ਗੱਲ ਦੀ ਚਰਚਾ ਹੋਣ ਲੱਗ ਗਈ। ਬੀ ਪ੍ਰਾਕ ਨੇ ਇਸ ਖੂਬਸੂਰਤ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਕੀਤਾ ਤੇ ਸਾਂਝਾ ਕਰਦੇ ਹੋਏ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ, ਅੱਜ ਜੋ ਮਹਿਸੂਸ ਕਰ ਰਿਹਾ ਹਾਂ ਉਹ ਕਦੀ ਵੀ ਨਹੀਂ ਕੀਤਾ। ਸ਼੍ਰੀ ਬਾਂਕੇ ਬਿਹਾਰੀ ਲਾਲ ਦੀ ਚੌਕਟ ਤੇ ਇਤਰ ਲਗਾਉਣ ਦਾ ਮੌਕਾ ਅੱਜ ਮਿਲਿਆ, ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ। ਜ਼ਿੰਦਗੀ ਦੇ ਵਿੱਚ ਭਗਵਾਨ ਦੇ ਨਾਲ ਬਸ ਭਗਵਾਨ ਦੇ ਕੋਲ ਬੈਠ ਕੇ ਭਗਵਾਨ ਨੂੰ ਮੰਗ ਲਵਾਂ ਤੇ ਉਹ ਆਪਣੇ ਕੋਲ ਬਿਠਾ ਕੇ ਸਾਰਾ ਕੁਝ ਆਪ ਹੀ ਕਰਵਾਉਂਦੇ ਆ। ਹੈਸ਼ਟੈਗ ਜੈ ਸ਼੍ਰੀ ਕ੍ਰਿਸ਼ਨਾ। ਇਸ ਖੂਬਸੂਰਤ ਵੀਡੀਓ ਨੂੰ ਬੀ ਪ੍ਰਾਕ ਦੇ ਵੱਲੋਂ ਹੀ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕੀਤਾ ਗਿਆ।